हेलो स्टूडेंट्स सो बच्चे आज का अपना जो टॉपिक है द नेम ऑफ द टॉपिक इज आयोनाइजे इन थैलपी राइट सो बच्चे आयोनाइजेशन सो द मीनिंग ऑफ द आयोनाइजे इज किसी आयंस बनाने ठीक है जी कि बनाने आप देखते हैं कहें सब तो पहला आयोनाइजे थैरेपी की होंगी है बच्चे आप देखते हैं राइट कहना इट मे बी डिफाइंड एज द मिनिमम अमाउंट ऑफ एनर्जी विच इज़ रिक्वायर्ड to remove the loosely bound electron from a neutral isolated gaseous atom theek hai ji ohna ji bach ke keh rahe hain ki sad ko neutral gaseous isolated atom jich ek electron jada nucleus de naal loosely bound hoga te us outermost shell vich jada electron paya onu main bahar karna chahna te onu bahar kadan de layi jinni minimum ਕਿੰਨੀ ਕੁ ਮਿਨੀਮਮ ਅਮਾਉਂਟ ਆਫ એનર્ਜੀ ਚਾਹੀਦੀ ਆ दैट એનર્ਜੀ ਇਜ਼ ਕਾਲਡ ਆਇਓਨਾਈਜੇਸ਼ਨ એનર્ਜੀ ਸੋ ਆਇਓਨਾਈਜ਼ એનર્ਜੀ ਕੀ ਹੈ ਬੱਚੇ ਕਿ ਅਸੀਂ ਇਲੈਕਟ੍ਰੋਨ ਰਿਮੂਵ ਕਰਨਾ ਹੈ ਕਿਸੇ ਆਊਟਰ ਮੋਸਟ ਸ਼ੈਲ ਦੇ ਵਿੱਚੋਂ ਤੇ ਉਹਦੇ ਵਾਸਤੇ ਵੱਧ ਤੋਂ ਵੱਧ ਜਿੰਨੀ ਮਰਜੀ ਯੂਸ ਕਰ ਲੇ ਬਟ ਮਿਨੀਮਮ ਕਿੰਨੀ ਕੁ ਕਿੱਥੋਂ ਸ਼ੁਰੂਆਤ ਕਰੀਏ ਸੋ ਦੈਟ ਅਸੀਂ એનર્ਜੀ ਪ੍ਰੋਵਾਈਡ ਕਰੀਏ ਤੇ ਇਲੈਕਟ੍ਰੋਨ ਬਾਹਰ ਨਿਕਲ ਜਵੇ ਤੇ ਜਦੋਂ ਬੱਚੇ ਉਹ ਇਲੈਕਟ੍ਰੋਨ ਬਾਹਰ ਨਿਕਲ ਜਾਊਗਾ ਵੀ نو ਵੈਰੀ ਵੈਲ ਕਿ ਉਸ ਐਲੀਮੈਂਟ ਤੇ ਪੋਜ਼ਿਟਿਵ ਚਾਰਜ ਅਰਾਈਜ਼ ਹੋ ਜਾਊਗਾ ਸੋ ਜਦੋਂ ਪੋਜ਼ਿਟਿਵ ਚਾਰਜ ਅਰਾਈਜ਼ ਹੋ ਜਾਊਗਾ ਤਾਂ ਤੁਹਾਡੇ ਕੋਲ ਉਹ ਕੈਟਾਇਨ ਬਣ ਜਾਊਗਾ ਇਹਦਾ ਮਤਲਬ ਆਇੋਨਾਈਜੇਸ਼ਨ ਇਨਥੈਲਪੀ ਕਿੱਥੇ ਯੂਜ਼ ਕੀਤੀ ਜਾਂਦੀ ਹੈ ਕਿ ਜਦੋਂ ਕਿਸੇ ਐਲੀਮੈਂਟ ਦੇ ਐਟਮ ਨੂੰ ਅਸੀਂ ਕੈਟਾਇਨ ਬਣਾਣ ਠੀਕ ਹੈ ਜੀ ਇਹਦਾ ਮਤਲਬ ਐਲੀਮੈਂਟ ਦੇ ਐਟਮ ਨੂੰ ਕਿ ਟਾਇਨ ਬਣਾਉਣ ਦੇ ਵਾਸਤੇ ਅਸੀਂ ਬੱਚੇ ਆਇੋਨਾਈਜੇਸ਼ਨ ਇਥ ਹੈਲਪਿੰਗ ਨੂੰ ਬਣਾਉਣਾ ਜਿਵੇਂ ਮੇਰੇ ਚ ਦੇਖੋ ਸੋਡੀਅਮ ਆ ਗੈਸਿਸ ਰਿਸਟ ਪਿਆ ਅਸੀਂ ਬੱਚੇ ਜਦੋਂ ਅਸੀਂ ਉਹਦੇ ਵਿੱਚੋਂ ਸੋਡੀਅਮ ਦੇ ਵਿੱਚ ਇੱਕ ਇਲੈਕਟ੍ਰੋਨ ਰਿਮੂਵ ਕਰ ਦਾਂਗੇ ਦੈਨ ਸਾਡੇ ਕੋਲ ਇਹ ਐਨਾ ਪੋਜ਼ਿਟਿਵ ਮਤਲਬ ਸਾਡੇ ਕੋਲ ਇਹ ਕੀ ਬਣ ਜੂਗਾ ਵਿੱਚ ਕਿ ਟਾਇਨ ਠੀਕ ਹੈ ਜੀ ਸੋ ਬੱਚੇ ਨਾਓ ਹੁਣ ਆਪਾਂ ਦੇਖਣਾ ਹੈ ਕਿ ਜਿਹੜੇ ਆਇੋਨੇਸ਼ਨ ਥੈਲਪੀ ਹੈ ਇਹ ਕਿਹੜੇ ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਹੈ ਸੋ ਬੱਚੇ ਪਹਿਲਾ ਫੈਕਟਰ ਹੈ ਐਟੋਮਿਕ ਸਾਈਜ਼ ਸੋ ਬੱਚੇ ਆਪਾਂ ਪਿੱਛੇ ਹੀ ਨਹੀਂ ਪੜਕੇ ਆਏ ਕਿ ਜਿੰਨਾ ਜ਼ਿਆਦਾ ਸਾਈਜ਼ ਮਤਲਬ ਅਸੀਂ ਜਦੋਂ ਪੀਰੀਅਡ ਦੇ ਵਿੱਚ ਮੂਵ ਕਰਦੇ ਹੋਵਾਂਗੇ ਠੀਕ ਹੈ ਜੀ ਤਾਂ ਸਾਡੇ ਕੋਲ ਸਾਈਜ਼ ਜਿਹੜਾ ਆ ਉਹ ਕੀ ਕਰਦਾ ਐਟਮ ਦਾ ਡਿਕਰੀਸ ਕਰਦਾ ਬੱਚੇ ਇਹਦਾ ਰੀਜ਼ਨ ਤੁਸੀਂ ਡਿਟੇਲਸ ਪੜਕੇ ਆਏ ਹੋ ਤਾਂ ਕਹਿੰਦਾ ਇਹ ਜਿਹੜੀ ਆਇੋਨੇਸ਼ਨ ਥੈਲਪੀ ਹੈ ਨਾ ਇਹ ਐਟੋਮਿਕ ਸਾਈਜ਼ ਦੇ ਇਨਵਰਸਲੀ ਪ੍ਰੋਪੋਰਸ਼ਨ ਨਾਲ ਕਹਿੰਦਾ ਐਟੋਮਿਕ ਸਾਈਜ਼ ਘ ਇਹਦਾ ਮੀਨਸ ਹੈ ਕਿ ਜਿਹੜੀ ਫੋਰਸ ਆਫ ਅਟਰੈਕਸ਼ਨ ਜਿਹੜੀ ਹੈਗੀ ਆ ਇਲੈਕਟ੍ਰੋਨ ਤੇ ਨਿਊਕਲੀਅਸ ਦੇ ਵਿਚਕਾਰ ਮਤਲਬ ਪ੍ਰੋਟੋਨ ਦੇ ਵਿਚਕਾਰ ਇਹ 네ਗੇਟਿਵ ਤੇ ਐਂਡ ਪੀ ਪੋਜ਼ੀਟਿਵ ਮਤਲਬ ਪ੍ਰੋਟੋਨ ਠੀਕ ਹੈ ਜੀ ਕਹਿੰਦਾ ਉਹ ਵੱਧਦੀ ਹੈ ਕਹਿੰਦੇ ਜਦੋਂ ਵੱਧਦੀ ਹੈ ਤਾਂ ਇਲੈਕਟ੍ਰੋਨ ਨੂੰ ਰਿਮੂਵ ਕਰਨਾ ਕਹਿੰਦਾ ਇਜ਼ੀ ਨਹੀਂ ਹੁੰਦਾ ਤਾਂ ਉਸ ਟਾਈਮ ਤੇ ਕਹਿੰਦਾ ਸਾਨੂੰ ਆਇੋਨਾਈਜੇਸ਼ਨ ਐਥੈਲਪੀ ਕੀ ਚਾਹੀਦੀ ਹੈ ਜ਼ਿਆਦਾ ਚਾਹੀਦੀ ਹੈ ਸੋ ਇਹਦਾ ਮਤਲਬ ਹੁਣ ਜੇ ਐਟੋਮਿਕ ਸਾਈਜ਼ ਵੱਧਦਾ ਤਾਂ ਇਹਦਾ ਮਤਲਬ ਇਲੈਕਟ੍ਰੋਨ ਤੇ ਪ੍ਰੋਟੋਨ ਦੀ ਅਟਰੈਕਸ਼ਨ ਫੋਰਸਿਸ ਘੱਟ ਗਈਆਂ ਤਾਂ ਉਸ ਟਾਈਮ ਇਲੈਕਟ੍ਰੋਨ ਰਿਮੂਵ ਕਰਨਾ ਕੀ ਹੈ ਇਜ਼ੀ ਆ ਠੀਕ ਹੈ ਤਾਂ ਉਹਦੇ ਵਾਸਤੇ ਆਇੋਨਾਈਜੇਸ਼ਨ ਐਥੈਲਪੀ ਕੀ ਲੱਗੂਗੀ ਘੱਟ ਲੱਗੂਗੀ ਠੀਕ ਹੈ ਜੀ ਸੋ ਇਹ ਆਪਣਾ ਫਰਸਟ ਫੈਕਟਰ ਸੀ ਉਸ ਤੋਂ ਬਾਅਦ ਬੱਚੇ ਸੈਕਿੰਡ ਫੈਕਟਰ ਸਾਡਾ ਕੀ ਹੈ ਥੈਟ ਇਜ਼ ਨਿਊ ਸੋ ਨਿਊਕਲੀਅਰ ਚਾਰਜ ਬੱਚੇ ਬੇਸਿਕਲੀ ਸਾਡੇ ਕੋਲ ਕੀ ਹੈ ਕਿ ਜਿਹੜੀ ਸਾਡੇ ਕੋਲ ਆਇੋਨਾਈਜੇਸ਼ਨ ਇਨਥੈਲਪੀ ਹੈ ਸਾਡੇ ਕੋਲ ਬੱਚੇ ਉਹ ਡਾਇਰੈਕਟਲੀ proportionsਲ ਹੈ ਬੱਚੇ ਨਿਊਕਲੀਅਰ ਚਾਰਜ ਦੇ ਕਹਿੰਦਾ ਚੇ ਨਿਊਕਲੀਅਸ ਤੇ ਉੱਪਰ ਨਿਊਕਲੀਅਰ ਚਾਰਜ ਇਨਕਰੀਸ ਕਰ ਜਾਊਗਾ ਇਹਦਾ ਮਤਲਬ ਅਟਰੈਕਸ਼ਨ ਪਾਵਰ ਇਲੈਕਟ੍ਰੋਨ ਨਾਲ ਉਹਦੀ ਕਾਫੀ ਸਟਰੋਂਗ ਹੋਊਗੀ ਸੋ ਅਟਰੈਕਟ ਦਾ ਇਲੈਕਟ੍ਰੋਨ ਜੋ ਨਿਊਕਲੀਅਸ ਨੂੰ ਸਟਰੋਂਗਲੀ ਅਟਰੈਕਟ ਕਰੂਗਾ ਤੇ ਸਟਰੋਂਗਲੀ ਅਟਰੈਕਟ ਕਰੂਗਾ ਤਾਂ ਏ ਪੋਜ਼ਿਟਿਵ ਤੇ ਨੈਗੇਟਿਵ ਜਿਹੜਾ ਪੀ ਪੋਜ਼ਿਟਿਵ ਤੇ ਈ ਨੈਗੇਟਿਵ ਆ ਉਹਨਾਂ ਚ ਅਟਰੈਕਸ਼ਨ ਫੋਰਸਿਸ ਜ਼ਿਆਦਾ ਹੋਣ ਕਰਕੇ ਵੀ ਨੀਡ ਲਾਰਜ ਅਮਾਉਂਟ ਆਫ એનર્ਜੀ ਠੀਕ ਹੈ ਜੀ ਕਿ ਅਸੀਂ ਇਲੈਕਟ੍ਰੋਨ ਮਤਲਬ ਲਾਸਟ ਇਲੈਕਟ੍ਰੋਨ ਚੋਂ ਲਾਸਟ ਸ਼ੈਲ ਜੋ ਇਲੈਕਟ੍ਰੋਨ ਨੂੰ ਰਿਮੂਵ ਕਰਨਾ ਹੈ ਸੋ ਆਇਓਨਾਈਜੇਸ਼ਨ ਥੈਰੇਪੀ ਬੱਚੇ ਇਨਕਰੀਸ ਕਰ ਦਿਆ ਜਿਵੇਂ ਜਿਵੇਂ ਨਿਊਕਲੀਅਰ ਚਾਰਜ ਇਨਕਰੀਸ ਕਰਦਾ ਐਂਡ ਵਾਈਸ ਵਰਸਾ ਰਾਈਟ ਉਸ ਦਾ ਵਿੱਚ ਸੈਕੰਡ ਸਾਡਾ ਥਰਡ ਫੈਕਟਰ ਹੈ ਸ਼ੀਲਡਿੰਗ ਇਫੈਕਟ ਸੋ ਬੱਚੇ ਜਦੋਂ ਸਾਡੇ ਕੋਲ ਅਸੀਂ ਇਲੈਕਟ੍ਰੋਨਸ ਕੀ ਕਰਦੇ ਪਏ ਆ ਭਰੇ ਜਾ ਰਹੇ ਆ ਇੱਕ ਸ਼ੈਲ ਦੇ ਵਿੱਚ ਰਾਈਟ ਤੇ ਇਨਰ ਸ਼ੈਲ ਜਿਹੜੇ ਨੇ ਉਹ ਕੀ ਕਰਦੇ ਨੇ ਕਿ ਜਿਵੇਂ ਜਿਵੇਂ ਦੇਖੋ ਇਲੈਕਟ੍ਰੋਨਸ ਐਡ ਹੋਈ ਜਾ ਰਹੇ ਨੇ ਪਹਿਲਾਂ ਇਨਰ ਸ਼ੈਲ ਚ ਫਿਰ ਆウター ਸ਼ੈਲਸ ਫਿਰ ਉਸ ਤੋਂ ਆウター ਸ਼ੈਲਸ ਤਾਂ ਇਹਦਾ ਮਤਲਬ ਜਿਹੜੇ ਇਨਰ ਸ਼ੈਲ ਵਾਲੇ ਹੈਗੇ ਨੇ ਇਲੈਕਟ੍ਰੋਨ ਉਹ ਨਿਊਕਲੀਅਸ ਨੂੰ ਕਵਰ ਕਰਦੇ ਪਏ ਨੇ ਜਦੋਂ ਕਵਰ ਕਰਦੇ ਪਏ ਨੇ ਤੇ ਨਿਊਕਲੀਅਸ ਦੇ ਅਟਰੈਕਸ਼ਨ ਪਾਵਰ ਜਿਹੜੀ ਐਕਚੁਅਲ ਜਿਹੜੀ ਹੋਊਗੀ ਉਹ ਆウター ਵਾਲੇ ਫੀਲ ਨਹੀਂ ਕਰ ਪਣਗੇ ਦਿਸ ਇਫੈਕਟ ਇਸ ਕਾਲਡ ਅ ਸ਼ੀਲਡਿੰਗ ਇਫੈਕਟ ਤਾਂ ਕਹਿੰਦੇ ਸ਼ੀਲਡਿੰਗ ਇਫੈਕਟ ਜਿਵੇਂ ਜਿਵੇਂ ਵੱਧ ਜਾਈ ਜਾਊਗਾ ਮਤਲਬ ਜਿਹੜੇ ਇਨਰ ਵਾਲੇ ਇਲੈਕਟ੍ਰੋਨਸ ਨੇ ਜਿਵੇਂ ਜ ਜਿਹੜੇ ਹੋਣਗੇ ਬਿਟਵੀਨ ਇਲੈਕਟ੍ਰੋਨ ਸੋ ਉਹ ਸਾਡੇ ਕੋਲ ਇਲੈਕਟ੍ਰੋਨ ਦੇ ਤੇ ਨਿਊਕਲੀਅਸ ਦੇ ਹਨਾ ਜੀ ਉਹ ਕੀ ਕਰ ਜਾਣਗੇ ਡਿਕਰੀਸ ਸੋ ਡਿਕਰੀਸ ਕਰਨ ਦੇ ਕਰਕੇ ਸਾਡੇ ਕੋਲ ਬੱਚੇ ਉਹਦੇ ਵਿੱਚ એનર્ਜੀ ਕੀ ਹੈ ਸਾਨੂੰ ਘੱਟ ਹੀ ਚਾਹੀਦੀ ਹੋਊਗੀ ਇਲੈਕਟ੍ਰੋਨ ਰਿਮੂਵ ਕਰਨ ਦੇ ਵਾਸਤੇ ਇਹਦਾ ਮਤਲਬ ਆਇੋਨਾਈਜੇਸ਼ਨ ਐਨਥਲਪੀ ਜਿਹੜੀ ਸੀ ਬੱਚੇ ਉਹ ਸਾਡੇ ਕੋਲ ਘੱਟ ਜਾਊਗੀ ਇਹਦਾ ਮਤਲਬ ਸ਼ੀਲਡਿੰਗ ਇਫੈਕਟ ਵੱਧ ਗਿਆ ਤਾਂ ਅਟਰੈਕਸ਼ਨ ਫੋਰਸ ਜਿਵੇਂ ਵਿੱਚ ਦੇਖੋ ਸੀ ਜਿਵੇਂ ਦਾਇ ਦਾ ਤਮਾਸ਼ਾ ਦੇਖਣ ਜਾਣਾ ਤਾਂ ਬੱਚੇ ਮਦਾਰੇ ਦੇ ਤਮਾਸ਼ਾ ਦੇਖਣ ਜਾਣਾ ਸੀ ਉਸ ਸੈਂਟਰ ਤੇ ਖੜਾ ਤੇ ਆਲੇ ਦੁਆਲੇ ਦੇ ਲੋਕ ਹੜੇ ਰਾਈਟ ਤਾਂ ਬੱਚੇ ਉਹਨੋਂ ਆਲੇ ਦੁਆਲੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਉਹਨੂੰ ਕਵਰ ਕਰ ਲਿਆ ਤੇ ਜੇ ਪਿੱਛੇ ਵਾਲੇ ਲੋਕ ਨੇ ਉਹਨਾਂ ਨੂੰ ਇੰਨੇ ਅੱਛੇ ਤਰੀਕੇ ਨਾਲ ਨਹੀਂ ਦੇਖ ਪਾਊਗਾ ਜਿੰਨੇ ਫਰੰਟ ਵਾਲੇ ਨਾਲ ਇਹਦਾ ਮਤਲਬ ਹੈ ਦਾਰੇ ਦਾ ਅਟਰੈਕਸ਼ਨ ਫੋਰਸ ਜਿਹੜੇ ਨੇ ਆਊਟਰ ਮੋਸਟ ਨਾਲ ਘਟਾ ਇਹਦਾ ਮਤਲਬ ਆਊਟਰ ਮੋਸਟ ਜਿਹੜੇ ਅਟਰੈਕਸ਼ਨ ਫੋਰਸ ਘਟ ਗਈਆਂ ਤਾਂ ਉਹਨੂੰ ਰਿਮੂਵ ਕਰਨਾ ਮੇਰੇ ਵਾਸਤੇ ਕੀ ਹੋ ਜਾਊਗਾ ਈਜ਼ੀ ਇਹਦਾ ਮਤਲਬ ਹੈ ਸ਼ੀਲਡਿੰਗ ਫੈਕਟਰ ਤੋਂ ਰਿਜ਼ਲਟ ਨਿਕਲਦਾ ਹੈ ਬਈ ਇਨਵਰਸਲੀ ਪ੍ਰੋਪੋਰਸ਼ਨਲ ਟੂ ਆਇੋਨਾਈਜੇਸ਼ਨ એનર્ਜੀ ਰਾਈਟ ਉਸ ਦਾ ਵਿੱਚ ਜਿਵੇਂ ਬੱਚੇ ਦੇਖੋ ਹਣ ਇਹਦੇ ਵਿੱਚ ਐਗਜ਼ਾਮਪਲ ਵੀ ਲੈ ਸਕਦੇ ਨੇ ਕਿ S ਜਿਹੜਾ ਆਰਬਿਟਲ ਆਪਾਂ ਪੜਿਆ ਉਹਦੀ ਸ਼ੇਪ ਸਫੇਰੀਕਲ ਆ ਜਿਸ ਕਰਕੇ ਨਿਊਕਲੀਅਸ ਦੇ ਕਾਫੀ ਨੇੜੇ ਹੁੰਦਾ ਜਿਸ ਕਰਕੇ ਸਾਡੇ ਕੋਲ ਬੱਚੇ ਸੇ ਇੱਥੇ ਇਹ ਗੱਲ ਇੱਥੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹਦਾ ਸ਼ੀਲਡਿੰਗ ਇਫੈਕਟ ਵਧੀਆ ਹੁੰਦਾ ਐਸ ਕੰਪੇਅਰ ਟੂ ਅਦਰ ਆਰਬਿਟਲਸ ਠੀਕ ਹੈ ਜੀ ਤੇ ਬਾਕੀ ਜਿਵੇਂ ਜਿਵੇਂ ਅਸੀਂ P ਵੱਲ ਜਾਣੇ D ਵੱਲ ਜਾਣੇ F ਜਾਣੇ ਤਾਂ ਉਹ ਜਿਹੜੀ ਸ਼ੇਪ ਹੁੰਦੀ ਆਰਬਿਟਲ ਦੀ ਡਿਫਿਊਜ਼ ਹੋ ਜਾਂਦੀ ਹੈ ਜਿਸ ਕਰਕੇ ਸ਼ੀਲਡਿੰਗ ਇਫੈਕਟ ਵੀ ਪੂਰ ਹੁੰਦਾ ਜਾਂਦਾ ਤੇ ਜਿਸ ਕਰਕੇ ਬੱਚੇ ਸਾਡੇ ਕੋਲ ਸਾਡੇ ਕੋਲ ਕਹਿ ਦੋ ਆਇੋਨੇਸ਼ਨ એનર્ਜੀ ਉਨੀ ਵੈਲਿਊ ਦੀ ਡਿਕਰੀਸ ਕਰਦੀ ਜਾਂਦੀ ਹੈ ਠੀਕ ਹੈ ਜੀ ਸੋ ਉਸ ਤੋਂ ਬਾਅਦ ਫੋਰਥ ਫੈਕਟਰ ਹੈ ਪੈਨੇਟ੍ਰੇਸ਼ਨ ਇਫੈਕਟ ਮਜੇ ਪੈਨੇਟ੍ਰੇਟ ਦਾ ਮਤਲਬ ਹੁੰਦਾ ਹੈ ਅੰਦਰ ਤੱਕ ਖੁੱਭਣਾ કેંદા મતલબ કેંદા ધ આયોનાશન એનર્જી ઇઝ ઓલ્સો ઇન્ફ્લુએન્સ્ડ બાય ધીસ ફેક્ટર કેંદા ધીસ મીન્સ ગ્રેટર ધ પ્રોબેબિલિટી ઓફ ફાઇન્ડિંગ ધ ઇલેક્ટ્રોન નીયર ધ ન્યુક્લિયસ કેંદા મતલબ પેનેટ્રેટ ધ મતલબ કે અસી અંદર તક ગયે તો અસી દેખ કે આય કે ઇલેક્ટ્રોન કિત્થે પ્રેઝન્ટ હૈ મતલબ ઇલેક્ટ્રોન નો ફાઇન્ડ કરને પ્રોબેબિલિટી કિત્થે હૈ ਤੇ ਕਹਿੰਦਾ ਜੇ ਇਲੈਕਟ੍ਰੋਨ ਫਾਈਂਡ ਕਰਨ ਦੀ ਪ੍ਰੋਪਰਟੀ ਇਲੈਕਟ੍ਰੋਨ ਦੀ ਫਾਈਂਡ ਕਰਨ ਦੀ ਪ੍ਰੋਪਰਟੀ nucleus ਦੇ ਕਾਫੀ ਨੇੜੇ ਸਾਨੂੰ ਦਿਖਣ ਨੂੰ ਮਿਲਦੀ ਪਈ ਹੈ ਤਾਂ ਇਹਦਾ ਮਤਲਬ ਅਟਰੈਕਸ਼ਨ ਫੋਰਸ ਜਿਹੜੇ ਹੋਣਗੇ ਬੱਚੇ ਉਹ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਕੇ ਹੋਣਗੇ ਜ਼ਿਆਦਾ ਹੋਣਗੇ ਤੇ ਉਹਦੇ ਵਿੱਚੋਂ ਲਾਸਟ ਇਲੈਕਟ੍ਰੋਨ ਰਿਮੂਵ ਕਰਨਾ ਮੇਰੇ ਲਈ ਡਿਫਿਕਲਟ ਹੋ ਜਾਊਗਾ ਤੇ ਮੈਨੂੰ એનર્ਜੀ ਕਿ ਚਾਹੀਦੀ ਹੋਊਗੀ ਜ਼ਿਆਦਾ ਤਾਂ ਉਹਦੇ ਨਾਲ ਬੱਚੇ ਆਇਨਾਈਜੇਸ਼ਨ એનર્ਜੀ ਦੀ ਵੈਲਿਊ ਕਿ ਲੱਗੋਗੀ ਜ਼ਿਆਦਾ ਹੁਣ ਬੱਚੇ ਜੇ ਆਪਾਂ ਗੱਲ ਕਰੀਏ ਐਸ ਆਰਬਿਟਲ ਕਾਫੀ ਨਿਊਕਲੀਅਸ ਦੇ ਨੇੜੇ ਹੁੰਦਾ ਇਹਦਾ ਮਤਲਬ ਉਹਦੇ ਵਾਸਤੇ ਨਰਜਰੀ ਵੈਲਿਊਜ਼ ਆ ਲੱਗੂਗੀ ਪੀ ਲਈ ਘੱਟ ਡੀ ਲਈ ਘੱਟ ਐਫ ਲਈ ਹੋਰ ਘੱਟ ਠੀਕ ਹੈ ਜੀ ਸੋ ਇਹਦਾ ਮਤਲਬ ਐਸ ਪੀ ਡੀ ਐਮ ਇਹ ਹੈਗਾ ਪੈਨਟ੍ਰੇਟ ਪੈਨਟ੍ਰੇਟ ਦਾ ਮਤਲਬ ਅੰਦਰ ਤੱਕ ਜਾ ਕੇ ਦੇਖ ਕੇ ਆਣਾ ਠੀਕ ਹੈ ਕਿ ਨਿਊਕਲੀਅਸ ਦੇ ਨੇੜੇ ਇਲੈਕਟ੍ਰੋਨ ਜਾਂ ਨਿਊਕਲੀਅਸ ਤੋਂ ਦੂਰ ਹੈ ਠੀਕ ਹੈ ਜੀ ਐਂਡ ਇਹ ਚੀਜ਼ ਡਿਪੈਂਡ ਕਰਦੀ ਹੈ ਸ਼ੇਪਸ ਆਫ ਦੀ ਆਰਬਿਟਲ ਐਂਡ ਸਾਨੂੰ ਪਤਾ ਹੈ ਕਿ ਜਿਹੜੀ ਐਸ ਡੀ ਹੈਗੀ ਆ ਉਹ ਸਫੇਰੀਕਲ ਆ ਪੀ ਦੀ ਡੰਬਾ ਵਾਲਾ ਡੀ ਦੀ ਡਬਲ ਬੰਬਲ ਆ ਇਹ ਮਤਲਬ ਜਿਵੇਂ ਜਿਵੇਂ ਆਰਬਿਟਲਸ ਵੱਲ ਚਾਈ ਜਾਂਦੇ ਨੇ ਦੀ ਸ਼ੇਪ ਡਿਫਿਊਜ਼ ਹੋ ਜਾਂਦੀ ਹੈ ਤੇ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਗ੍ਰਾਬਿਲਟੀ ਉਹਨੀ ਘਟੀ ਜਾਂਦੀ ਹੈ ਰਾਈਟ ਡਿਊ ਟੂ ਇਟਸ ਡਿਫਿਊਜ਼ ਸ਼ੇਪ हम बच्चे उस तो बादल फिफ्थ फैक्टर है दैट इज इंपॉर्टेंट फैक्टर दैट इज इलेक्ट्रॉनिक कॉन्फिगरे सो बच्चे इलेक्ट्रॉनिक कॉन्फिगरेशन के बच्चे कहते हैं हाफ फिल्ड फुली फिल्ड जी कन्फिगरेशन ने स्टेबल होंगे ने अपा पढ़िया वा दो रीजन करके एक पहला रीज़न की पढ़िया होगा बच्चों सेकेंड चैप्टर दैट इज सिमिट्री एंड सैकेंड वन इज एक्सचेंज ऑफ एनर्जी सो बचे हाफ फिल्ते फुली फिल्ड इलेक्ट्रॉनिक ईच एंड एवरी एलीमेंट वॉन्ट्स टू बिकम नोबल गैस और हाफ फिल्ड कन्फिगरेन टू एक्वायर स्टेबिलिटी राइट right? सो so, बच्चे इस स्टेबिलिटी के दो रीजनज की ने दैट इज समिट्री एंड एक्सचेंज ऑफ एनर्जी यू हैव यू हैव डन इन योर चैप्टर नंबर टू दैट इज स्ट्रक्चर ऑफ एटम सो ए मतलब जिनी ज्यादा स्टेबिलिटी होगी यह मतलब अस स्टेबल चीज न खराब नहीं करना चाहते सो वी नीड लार्ज अमाउंट ऑफ एनर्जी ठीक है जी फॉर बोथ इलेक्ट्रॉनिक कॉन्फिगरेशन राइट सो बच्चे असहाव से एक क्वेश्चन कर सकते हैं जिम्मे देखो बरीलीयम आ उस तो बाद बोरॉन आ सो बेरीलीयम तो बोरोन चो कि आयोनाइजेषन थेपीज ज्यादा वा तो किसी घट्ट बच्चे वो देखते दे हैं सो so, बच्चे सब तो पहले कॉन्फ़िगरेशन लिखनी है बिलीम की पढ़ी है अटोमिक नंबर फोर द इज़ वन एस टू टू एस टू राइट तो बोरोन की बच्चे कि दैट इज वन एस टू टू एस टू टू पी वन ठीक है जी तो बच्चे सूँ इतने तो दिख रहे हैं कि वन एस टू टू एस टू विच मीनस एह जी ऑर्बिटल ने फिलिंग आ फुल फिल्ड आ रइट बट बच्चे जो असि बोरोन की कॉन्फिग्रेन देखते दे, हैं ना बच्चे फुल आफ आ मतलब पार्शली फिल्ड आद ਇਹਦਾ ਮਤਲਬ ਸਾਨੂੰ ਪਤਾ ਕਿ ਜਿਹੜੀ ਫੁੱਲੀ ਫਿਲਡ ਆ ਉਹ ਪਾਰਸ਼ਲੀ ਫਿਲਡ ਨਾਲ ਸਟੇਬਲ ਹੁੰਦੀ ਆ ਪਹਿਲਾ ਰੀਜ਼ਨ ਤਾਂ ਇਹ ਹੋ ਗਿਆ ਜਿਸ ਕਰਕੇ ਬ੍ਰੀਲੀਅਮ ਦੀ ਆਇਨਾਈਜੇਸ਼ਨ ਥੈਲਪੀ ਦੀ ਵੈਲਿਊ ਬੋਰੋਂ ਦੇ ਨਾਲੋਂ ਕਿਐ ਜ਼ਿਆਦਾ ਆ ਠੀਕ ਹੈ ਦੂਜਾ ਰੀਜ਼ਨ ਬੱਚੇ ਇਹ ਹੈ ਪੈਨੇਟ੍ਰੇਸ਼ਨ ਇਫੈਕਟ ਹੁਣ ਬੱਚੇ ਦੇਖੋ ਜਦੋਂ ਅਸੀਂ ਇਲੈਕਟ੍ਰੋਨ ਕੱਢਣਾ ਆਇਆ ਤਾਂ ਬ੍ਰੀਲੀਅਮ ਚੋ ਐਸ ਚੋ ਕੱਢਣਾ ਤੇ ਬੋਰੋਨ ਚੋ ਪੀ ਚੋ ਕੱਢਣਾ ਤੇ ਜਿਹੜਾ ਐਸਾ ਉਹ ਨਿਊਕਲੀਅਸ ਦੇ ਨੇੜੇ ਹੁੰਦਾ ਪੀ ਦੇ ਨਾਲ ਉਹਦਾ ਮਤਲਬ ਐਸ ਆਰਬਿਟਲ ਜਿਆਦਾ ਕਲੋਜ਼ ਹੋਣ ਦੇ ਕਰਕੇ ਅਟਰੈਕਸ਼ਨ ਫੋਰਸਿਸ ਉਸ ਇਲੈਕਟ੍ਰੋਨ ਦੀਆਂ ਨਿਊਕਲੀਅਸ ਨਾਲ ਕਿ ਹੋਣਗੀਆਂ ਜਿਆਦਾ ਹੋਣਗੀਆਂ ਜਿੰਨੀ ਨਿਊਕਲੀਅਸ ਨਾਲ ਅਟਰੈਕਸ਼ਨ ਜ਼ਿਆਦਾ ਹੋਣਗੀਆਂ ਓਨੇ એનર્ਜੀ ਕਿ ਲੱਗੂਗੀ ਜ਼ਿਆਦਾ ਸੋ ਵੀ ਨੀਡ ਲਾਰਜ ਅਮਾਉਂਟ ਆਫ એનર્ਜੀ ਟੂ ਰਿਮੂਵ ði ਇਲੈਕਟ੍ਰ टू पी सो दूसरा रीजन बच्चे की आया पैनिट्रेशन इफेक्ट, सो so, पहला इलेक्ट्रॉनिक रीजन के बच्चे पैनिट्रेशन इफेक्ट, दैट्स वाई वी कैन कॉल हेयर बेरीलीयम की बच्चे जी आयनाइजेशन थैरपी है वो बोरोन के नो बच्चे की होंगे है ज्यादा होंगी है इतने कंफ्यूजन निकल जाता है राइट right? उस तो बच्चे सा है कि पूरे प्रियोडिक टेबल से जो अखीए तो किमें वेरी करता है ionization enthalpy value so generally bache when we move along a period the ionization enthalpy badhdi a from left to right l to r likhya hoya in the periodic table because along a period jadon apa period de vich jande ha atomic number vadda atomic number vadan da matlab which means the number of electron and the number of proton equally increase karde ha so is karke force of attraction between electron and the proton oh increase karke kyunki nucleus te nuclear charge bhi increase kar janda ha so electron jada hega oh strongly ਕੌਣ ਬੱਚੇ ਹੈਲਡ ਕਰ ਲੈਂਦਾ ਨਿਊਕਲੀਅਸ ਸੋ ਇਹਦਾ ਮਤਲਬ ਇਲੈਕਟ੍ਰੋਨਰ ਮੂਵ ਕਰਨੇ ਵਾਸਤੇ એનર્ਜੀ ਕਿ ਲੱਗੂਗੀ ਲਾਜ਼ਮਾਉਂਸ ਲੱਗੂਗੀ ਇਹਦਾ ਮਤਲਬ ਆਇਨਾਈਜੇਸ਼ਨ એનર્ਜੀ ਕੀ ਹੋਜੂਗੀ ਇਨਕਰੀਸ ਕਰਜੂਗੀ ਸੋ ਇਹਦਾ ਮਤਲਬ ਜਦੋਂ ਅਸੀਂ ਪੀਰੀਅਡ ਦੇ ਵਿੱਚ ਮੂਵ ਕਰਦੇ ਆ ਇਨ ਦਾ ਪੀਰੀਆਡਿਕ ਟੇਬਲ ਆਇਨਾਈਜੇਸ਼ਨ ਸਲਪੀ ਦੀ ਵੈਲਿਊ ਇਨਕਰੀਸ ਕਰਦੀ ਹੈ ਰਾਈਟ ਸੋ ਉਸ ਤੋਂ ਵਿੱਚ ਆਪਾਂ ਇੱਕ ਕੁਐਸਚਨ ਜੀ ਹੋਰ ਦੇਖੀਏ ਕਹਿੰਦਾ ਨਾਈਟ੍ਰੋਜਨ ਤੇ ਆਕਸੀਜਨ ਦੀ ਗੱਲ ਕਰੀਏ ਤੇ ਨਾਈਟ੍ਰੋਜਨ ਜਿਹੜਾ ਬੱਚੇ ਉਹਦੀ ਕਨਫਿਗਰੇਸ਼ਨ ਹੈ ਠੋ ਅਗਰ ਡਿਊ ਟੂ ਐਟੋਮਿਕ ਨੰਬਰ ਦੈਟ ਇਜ਼ 1s2 2s2, 2s2 2p3 ਤੇ ਆਕਸੀਜਨ ਦੀ 1s2 2s2 2p4 ਸੋ ਨਾਈਟ੍ਰੋਜਨ ਦੀ ਜਿਹੜੀ ਕਨਫਿਗਰੇਸ਼ਨ ਹੈ ਦੈਟ ਇਜ਼ ਅ ਹਾਫ ਫਿਲਡ ਕਨਫਿਗਰੇਸ਼ਨ ਤੇ ਆਕਸੀਜਨ ਦੀ ਹੈ ਬੱਚੇ ਪਾਰਸ਼ਲੀ ਫਿਲਡ ਐਂਡ ਵੀ ਨੋ ਵੈਰੀ ਵੈਲ ਹਾਫ ਫਿਲਡ ਕਨਫਿਗਰੇਸ਼ਨ ਆਰ ਮੋਸਟ ਸਟੇਬਲ ਦੈਨ ਦਾ ਪਾਰਸ਼ਲੀ ਫਿਲਡ ਰਾਈਟ ਡਿਊ ਟੂ ਟੂ ਰੀਜਨ ਸਿਮੇਟਰੀ and second wise exchange of energy so you uh, like us it the mention bhi kar sakte ho so that's why bachin nitrogen the ionization enthalpy the value zyada hundi hai oxygen nalo theek hai ji eh half mind behav te se answer de sakte hain ਉਸ ਤੋਂ ਬੱਚੇ ਹੁਣ ਵਰੀਏਸ਼ਨ ਡਾਊਨ ਅ ਗਰੁੱਪ ਐਸੇ ਡਾਊਨ ਅ ਗਰੁੱਪ ਵਰੀਏਸ਼ਨ ਦੇਖਣੀ ਹੈ ਸੋ ਬੱਚੇ ਜਨਰਲੀ ਜਦੋਂ ਆਪਾਂ ਡਾਊਨ ਅ ਗਰੁੱਪ ਜਾਂਦੇ ਆ ਤਾਂ ਆਇੋਨਾਈਜੇਸ਼ਨ ਥੈਲਪੀ ਦੀ ਵੈਲਿਊ ਜਿਹੜੀ ਆ ਉਹ ਡਿਕਰੀਸ ਕਰਦੀ ਆ ਵੈਨ ਵੀ ਮੂਵ ਡਾਊਨ ਦਾ ਗਰੁੱਪ ਕਨ ਬਿਕੋਜ਼ ਕਨ देयर इज एन ਇਨਕਰੀਸ ਇਨ ਦਾ ਨੰਬਰ ਆਫ એનર્ਜੀ ਸ਼ੈਲਸ ਨੀਚੇ ਜਾਂਦੇ ਹੋਏ ਬੱਚੇ ਸ਼ੈਲਸ ਵਧਦੇ ਜਿਵੇਂ ਦੇਖੋ ਹਾਈਡਰੋਜਨ ਪਹਿਲੇ ਸ਼ੈਲ ਚਾ ਲੀਤੀ ਥੀ ਅਮ ਦੂਜੇ ਸ਼ੈਲ ਚਾ ਬਰੀਲੀਅਮ ਲਾਈਕ ਸਾਡੇ ਕੋਲ ਸੋਡੀਅਮ ਤੇਜੇ ਸ਼ੈਲ ਚਾ ਤਾਂ ਸ਼ੈਲ ਜਿਹੜੇ ਆ ਵਧੇ ਜਾ ਰਹੇ ਨੇ ਠੀਕ ਹੈ ਜੀ ਤਾਂ ਬੱਚੇ ਇਹਦਾ ਮਤਲਬ ਜਿਵੇਂ ਜਿਵੇਂ ਸ਼ੈਲ ਵੱਧਦੀ ਜਾ ਰਹੀ ਹੈ ਤੇ ਇਲੈਕਟ੍ਰੋਨ ਜਿਹੜਾ ਆਊਟਰਮੋਸਟ ਸ਼ੈਲਾਂ ਲਾਵਾ ਉਹਨੇ ਨਿਊਕਲੀਅਸ ਤੋਂ ਦੂਰ ਹੁੰਦਾ ਜਾ ਰਿਹਾ ਸੋ ਆਊਟਰਮੋਸਟ ਇਲੈਕਟ੍ਰੋਨ ਇਜ਼ ਫਾਰ ਅਵੇ ਫਰਮ ਦ ਨਿਊਕਲੀਅਸ ਸੋ ਇਹਦਾ ਮਤਲਬ ਓਵੇਂ ਓਵੇਂ ਬੱਚੇ ਸਕਰੀਨਿੰਗ ਇਫੈਕਟ ਵੀ ਵਾਧ ਰਿਹਾ ਮਤਲਬ ਤੁਹਾਡੇ ਕੋਲ ਜਿਹੜੇ ਇਨਰ ਵਾਲੇ ਸ਼ੈਲਸ ਵਾਈ ਇਲੈਕਟ੍ਰੋਨਸ ਹੋਣਗੇ ਉਹ ਨਿਊਕਲੀਅਸ ਨੂੰ ਸ਼ੀਲਡ ਕਰੀ ਜਾਣਗੇ ਜਿਸ ਕਰਕੇ ਬੱਚੇ ਅਟ੍ਰੈਕਸ਼ਨ ਫੋਰਸ ਜਿਹੜੇ ਹੋਣਗੇ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਵਿਚਕਾਰ ਵਾਲੇ ਉਹ ਕਿ ਕਾਜਾਂਗੇ ਗ੍ਰੈਜੁਅਲੀ ਡ पूरे पीरियडिवली लेके चलिए तो बच्चे डिक्रीज करोगे राइट सो so, बच्चे दिस इज अबाउट अ कांसेप्ट दैट इज आयनाइजेशन एनथैल्पी एंड दैट इज वेरी इजी ठीक है जी सो द मिनिमम अमाउंट ऑफ एनर्जी व्हिच इज रिक्वायर्ड टू रिमूव द आउटमोस्ट शेल इलेक्ट्रॉन व्हिच इज लूजली बाउंड विददा न्यूक्लियस इन द एटम इन द न्यूट्रल गैसीयस स्टेट राइट सो बच्चे ओ एनर्जी नु से कहंदे हा आयनाइजेशन एनर्जी ते बच्चे आयनाइजेशन एनर्जी बनाना लाइक एदा लॉजिक की सी कि assi ek element de atom nu basically ki banana bache ion banana that is cation matlab electron remove karke right so thank you so much so next video lectures bache apna next concept bare discuss karange detail de vich thank you so much bache